ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਰਾਸਤ ਟੀਵੀ ਮੈਂ ਹਾਂ ਗੁਰਸੇਖ ਪਤੇ ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਇਸ ਪ੍ਰੋਗਰਾਮ ਦੇ ਜਰੀਏ ਤੁਹਾਡੇ ਨਾਲ ਸਾਂਝ ਬਣਾਉਣੇ ਜੀ ਬਹੁਤ ਸਾਰੇ ਮੁੱਦੇ ਮਸਲਿਆਂ ਦੇ ਉੱਪਰ ਹਰ ਰੋਜ਼ ਦੀਆਂ ਅਪਡੇਟਸ ਸਾਂਝੀਆਂ ਕਰੀਦੀਆਂ ਜੀ ਬਹੁਤ ਸਾਰੀ ਜਾਣਕਾਰੀ ਜੁਟਾ ਕੇ ਲੈ ਕੇ ਆਉਂਦੇ ਨੇ ਜਸਵਿੰਦਰ ਯਾਦ ਮੇਰੇ ਨਾਲ ਹਾਜ਼ਰ ਨੇ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਔਰ ਫਿਰ ਖਬਰਾਂ ਦੇ ਉੱਪਰ ਵਿਸਥਾਰ ਨਾਲ ਚਰਚਾ ਕਰਦੇ ਆ ਜਸਵਿੰਦਰ ਜੀ ਜੀ ਆਇਆਂ ਨੂੰ ਜੀ ਸ਼ੁਕਰੀਆ ਜਸਵਿੰਦਰ ਜੀ ਜੇਕਰ ਸ਼ੁਰੂਆਤ ਕਰੀਏ ਤਾਂ ਅੱਜ ਪਿਛਲੇ 2 ਕੁ ਮਹੀਨਿਆਂ ਦੇ ਵਿੱਚ ਜੀ ਇਲੈਕਸ਼ਨਾਂ ਦਾ ਬੜਾ ਰੌਲਾ ਰੱਪਾ ਰਿਹਾ ਜੀ ਪੰਜਾਬ ਵਾਲੇ ਵੀ ਸਾਰੇ ਉਧਰੇ ਹੀ ਰਹੇ ਪਹਿਲਾਂ ਹਮਾਚਲ ਦੇ ਫਿਰ ਦਿੱਲੀ ਤੇ ਗੁਜਰਾਤ ਦੇ ਆ ਗਏ ਜੀ ਚੋਣ ਸਰਵੇਖਣ ਆਏ ਨੇ ਜੀ ਬਹੁਤ ਸਾਰੇ ਸਾਹਮਣੇ ਕਿੱਥੇ ਕਿਹਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਜੀ ਕੀ ਕਹਿ ਰਹੇ ਨੇ ਇਹ ਚੋਣ ਸਰਵੇਖਣ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਗੱਲ ਕਰੀਏ ਐਗਜ਼ਿਟ ਪੋਲ ਦੀ ਜੀ ਤਾਂ ਜਦੋਂ ਤੋਂ ਮੀਡੀਆ ਦਾ ਪ੍ਰਾਈਵੇਟ ਕਰਨ ਹੋਇਆ ਹੈ ਜੀ ਜਾਂ ਕਹਿ ਦਈਏ ਕਿ ਮੀਡੀਆ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਗਿਆ ਹੈ ਜੋ ਕਹਿ ਦੀਏ ਕੀ ਦੀ ਉੱਤੇ ਸਿਆਸਤ ਵਿੱਚ ਬੈਠੀਆਂ ਪਾਰਟੀਆਂ ਦਾ ਪ੍ਰਭਾਵ ਵਧ ਗਿਆ। ਜਾਂ ਅਖੀਰਲੀ ਗੱਲ ਹੀ ਕਹਿ ਦਈਏ ਕਿ ਇਹ ਗੱਲ ਮਿਲਜੁਲ ਕੇ ਹੋਣ ਲੱਗ ਪਈ ਹੈ। ਜੀ। ਤਾਂ ਐਗਜ਼ਟ ਪੋਲ ਬਹੁਤੇ ਆਪਣੇ ਮੈਨੇ ਨਹੀਂ ਰੱਖਦੇ। ਇਹਨਾਂ ਨੇ ਆਪਣੇ ਅਰਥ ਗਵਾ ਲਏ ਨੇ। ਜੀ। ਜਦੋਂ ਦੂਸਰੀ ਵਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤੇ ਨਾਲ ਦੀ ਨਾਲ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਪੰਜਾਬ ਦੇ ਵਿੱਚ ਰਿਪੀਟ ਹੁੰਦੀ ਹੈ। ਐਗਜ਼ਿਟ ਪੋਲ ਉਸ ਵਾਰੀ ਕੈਪਟਨ ਮਨਿੰਦਰ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਖਾਰਿਆ ਸੀ ਗੱਡੀਆਂ ਸਾਰੀਆਂ ਦੀਆਂ ਸਾਰੀਆਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਕੈਪਟਨ ਮਨਿੰਦਰ ਦੇ ਮਹਿਲਾ ਵੱਲ ਮੁੜਨ ਲੱਗ ਪਈਆਂ ਸੀ ਜੀ ਚਾਹੇ ਉਹ ਵੱਡੇ ਅਧਿਕਾਰੀ ਨੇ ਜਾਂ ਫਿਰ ਕਿਸੇ ਨੇ ਕੋਈ ਸਕੱਤਰ ਲੱਗਣਾ ਹੈ ਕਿਸੇ ਨੇ ਕੋਈ ਚੇਅਰਮੈਨ ਲੱਗਣਾ ਹੈ ਤਾਂ ਗਹਿਮਾ ਗਹਿਮੀ ਹੈ ਜਿਹੜੀ ਉਹ ਸਿਸਵਾ ਮਹਿਲ ਦੇ ਵਿੱਚ ਵਧ ਗਈ ਸੀ ਤੇ ਜਦੋਂ ਨਤੀਜੇ ਸ਼ੁਰੂ ਹੋਏ ਆਉਣੇ ਉਸ ਇਲੈਕਸ਼ਨ ਦੇ ਤਾਂ ਉਦੋਂ ਵੀ ਜੱਪਦਾ ਸੀ ਕਿ ਐਗਜ਼ਿਟ ਪੋਲ ਸਹੀ ਪੁੱਗਤ ਰਿਹਾ ਜੀ ਪਰ ਐਨ ਮੌਕੇ ਦੇ ਉੱਤੇ ਜਿਹੜੀਆਂ ਛੋਟੀਆਂ-ਛੋਟੀਆਂ ਜਿੱਤਾਂ ਹੋਈਆਂ ਉਹਨਾਂ ਜਿੱਤਾਂ ਨੇ ਪੂਰੀ ਦੀ ਪੂਰੀ ਬਾਜ਼ੀ ਪਲਟ ਦਿੱਤੀ ਜੀ ਬਾਜ਼ੀ ਪਟਣ ਤੋਂ ਬਾਅਦ ਇਹ ਕੁਰਸੀ ਫੇਰ ਬਾਦਲਪਿੰਡ ਵਿੱਚ ਡੈ ਗਈ ਸੀ ਤੇ ਉਹੀ ਗੱਡੀਆਂ ਫਿਰ ਕਹਿੰਦੇ 80 ਤੇ 90 ਤੇ 100 ਤੇ ਮੈਂ ਪਹਿਲਾਂ ਮੈਂ ਪਹਿਲਾਂ ਵਾਲੇ ਹਿਸਾਬ ਤੇ ਬਾਦਲਪਿੰਡ ਆ ਗਈਆਂ ਸੀ ਜੀ ਇਹ ਐਗਜ਼ਿਟ ਪੋਲ ਦੀ ਗੱਲ ਮੈਂ ਕਰਦਾ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਹੋਇਆ ਕਰੋਨਾ ਦੇ ਪੀਰੀਅਡ ਦੇ ਵਿੱਚ ਹੀ ਹੋਇਆ ਕਿਸਾਨੀ ਅੰਦੋਲਨ ਵੀ ਉਸ ਵਕਤ ਚੱਲਦਾ ਸੀ ਤਾਂ ਐਗਜ਼ਟ ਪੋਲ ਕਹਿੰਦਾ ਸੀ ਕਿ ਉੱਥੇ ਭਾਜਪਾ ਸਰਕਾਰ ਬਣਾਉਗੀ ਜੀ ਪਰ ਐਨ ਮੌਕੇ ਦੇ ਉੱਤੇ ਕਿਸਾਨੀ ਅੰਦੋਲਨ ਦੇ ਪ੍ਰਭਾਵ ਵੀ ਰਹੇ ਕੁਝ ਹੋਰ ਪ੍ਰਭਾਵ ਵੀ ਰਹੇ ਤਾਂ ਉਹਨਾਂ ਪ੍ਰਭਾਵਾਂ ਕਰਕੇ ਉੱਥੇ ਮਮਤਾ ਬੇਨਰਜੀ ਨੇ ਫੇਰ ਸਰਕਾਰ ਬਣਾ ਦਿੱਤੀ ਸੀ ਇਸ ਤੋਂ ਅੱਗੇ ਜੇਕਰ ਮੈਂ ਗੱਲ ਕਰਾਂ ਤਾਂ ਜਿਹੜਾ ਪਿਛਲਾ ਇਲੈਕਸ਼ਨ ਹੋ ਕੇ ਟਿਆ ਜਦੋਂ ਕਾਂਗਰਸ ਦੀ ਸਰਕਾਰ ਬਣਦੀ ਹੈ ਜੀ 17 ਵਾਲੇ ਇਲੈਕਸ਼ਨ ਦੇ ਵਿੱਚ ਤਾਂ ਉਦੋਂ ਆਮ ਆਦਮੀ ਪਾਰਟੀ ਨੂੰ ਬਹੁਤ ਸੀਟਾਂ ਵਖਾਉਂਦਾ ਸੀ ਐਗਜ਼ਿਟ ਪੋਲ ਕਹਿੰਦਾ ਸੀ ਕਿ ਇਹ ਆ ਜੂਗੀ ਪਰ ਕੀ ਦੂਏ ਤੇ ਤੀਰ ਵਾਲੀ ਲਾਈਨ ਦੇ ਵਿਚਾਲੇ ਰੁਕ ਗਈ ਸੀ ਇਹ ਪਾਰਟੀ ਤੇ ਐਸ ਵਾਰੀ ਐਗਜ਼ਿਟ ਪੋਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਹੌਲਾ ਅੰਕਦਾ ਸੀ ਜੀ ਤੇ ਐਸ ਵਾਰੀ 92 ਆ ਗਈ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਹੀ ਜਦੋਂ ਕਾਂਗਰਸ ਨੇ ਰਿਪੀਟ ਕੀਤਾ ਸੀ ਤਾਂ ਉਦੋਂ ਵੀ ਅੰਦਾਜ਼ੇ ਵੱਖੋ-ਵੱਖਰੇ ਸੀ ਇਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਐਗਜ਼ਿਟ ਪੋਲ ਕਿਵੇਂ ਕੰਮ ਕਰਦਾ ਹੈ ਜੀ ਤੇ ਉਹਦੇ ਉੱਤੇ ਕਿੰਨਾ ਵਿਸ਼ਵਾਸ ਕੀਤਾ ਜਾਵੇ ਹੁਣ ਐਗਜ਼ਿਟ ਪੋਲ ਇੰਨਾ ਪ੍ਰਭਾਵਿਤ ਨਹੀਂ ਕਰਦਾਗਾ ਵੋਟਰ ਨੂੰ ਤੇ ਨਾ ਹੀ ਉਹ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਕਰਦਾ ਜੀ ਗ੍ਰਸਿਪ ਜੀ ਹੁੰਦਾ ਕੀ ਹੈ ਜਦੋਂ ਕੋਈ ਪਾਰਟੀ ਆਪਣੇ ਪ੍ਰਚਾਰ ਦੇ ਲਈ ਐਗਜ਼ਿਟ ਪੋਲ ਨੂੰ ਵਰਤਣ ਲੱਗ ਜੇ ਨਾ ਜਾਂ ਮੈਂ ਕਹਦੇ ਆ ਕਿ ਪ੍ਰੀ ਪੋਲ ਨੂੰ ਵਰਤਣ ਲੱਗ ਜੇ ਜੀ ਕਿ VOTING ਤੋਂ ਪਹਿਲਾਂ ਕੋਈ ਸਰਵੇਖਣ ਕੋਈ ਜਜਮੈਂਟ ਕਰਾਉਣੀ ਹੈ ਤਾਂ ਆਪਣੇ ਕਿਸੇ ਚੈਨਲ ਤੋਂ ਕਰਾ ਕੇ ਇੱਕ ਵਾਰੀ ਲਾਲਾ ਲਾਲਾ ਕਰਾ ਦਿਓ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਹਵਾ ਬਣ ਜਾਂਦੀ ਹੈ ਜੀ ਤੁਹਾਡਾ ਰੁਖ ਹੈ ਜਿਹੜਾ ਉਹ ਪਲਟ ਜਾਂਦਾ ਹੈ ਜਾਂਪਦਾ VOTER ਨੂੰ VOTER ਨੂੰ ਪ੍ਰਭਾਵਿਤ ਕਰਦੇ ਹੋ ਪਰ ਇਹ ਕਿੰਨੇ ਕ ਵਾਰੀ ਹੋਊ ਇੱਕ ਵਾਰੀ ਹੋ ਦੋ ਵਾਰੀ ਹੋ ਲੋਕ ਸਿਆਣੇ ਹੋ ਗਏ ਨੇ ਇਸ ਪ੍ਰਭਾਵ ਚ ਨਹੀਂ ਆਉਂਦੇ ਜੀ ਪਰ ਜੇਕਰ ਜਿਹੜਾ ਹੁਣ ਐਗਜ਼ਿਟ ਪੋਲ ਆਇਆ ਇਹ ਆਇਆ ਗੁਜਰਾਤ ਬਾਰੇ ਹਿਮਾਚਲ ਪ੍ਰਦੇਸ਼ ਬਾਰੇ ਤੇ ਨਾਲ ਦੀ ਨਾਲ ਦਿੱਲੀ ਦੀਆਂ ਨਗਰ ਨਿਗਮ ਚੋਣਾ ਬਾਰੇ ਇਸ ਐਗਜ਼ਿਟ ਪੋਲ ਨੂੰ ਅਸੀਂ ਪੂਰੇ ਨੂੰ ਤਾਂ ਨਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਕਿਉਂਕਿ ਬਹੁਤ ਸਾਰੇ ਚੈਨਲਾਂ ਨੇ ਬਹੁਤ ਸਾਰੇ ਮੀਡੀਆ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਕੀਤਾ ਲੰਬੀ ਲਿਸਟ ਹੈ ਪਰ ਸਾਰੀ ਲਿਸਟ ਦੀ ਸੀ ਐਵਰੇਜ ਕੱਢੀ ਐ ਵੀ ਕਿਹੜੀ ਲਿਸਟ ਆ ਜਿਹੜੀ ਉਹ ਸਾਰੀ ਦੀ ਸਾਰੀ ਗੁਜਰਾਤ ਚ ਕਿਹਨੂੰ ਬਣਾਉਂਦੀ ਐ ਹਿਮਾਚਲ ਚ ਕਿਹਨੂੰ ਬਣਾਉਂਦੀ ਐ ਤੇ ਦਿੱਲੀ ਦੇ ਵਿੱਚ ਕਿਹਨੂੰ ਬਣਾਉਂਦੀ ਐ ਜੀ ਹਿਮਾਚਲ ਚ ਅਸੀਂ ਜਾਣਦੇ ਆ ਕਿ ਆਮ ਆਦਮੀ ਪਾਰਟੀ ਕੁਵਿਟੀ ਕਰ ਗਈ ਸੀ ਜਦੋਂ ਸੁਤਿੰਦਰ ਜੈਨ ਆ ਉਹਦੇ ਉੱਤੇ ਕੇਸ ਹੋ ਗਿਆ ਮਨੀਸ਼ ਸੋਧੀਆਂ ਨੂੰ ਅਗਲੇ ਨੇ ਖਿੱਚਣਾ ਸ਼ੁਰੂ ਕਰ ਦਿੱਤਾ ਤਾਂ ਇਹਨਾਂ ਨੇ ਆਪਣੇ ਜਿਹੜੇ ਰਸੇ ਪਾੜੇ ਸੀ ਉਹ ਪੋਲੇ ਕਰ ਦਿੱਤੇ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿ ਨਹੀਂ ਸਾਡੇ ਹੱਥ ਦੇ ਵਿੱਚ ਹਿਮਾਚਲ ਪ੍ਰਦੇਸ਼ ਨਹੀਂ ਆਊਗਾ ਉਹ ਤਾਂ ਬੜੀ ਕਲੀਅਰ ਗੱਲ ਸੀ ਕਿ ਟੱਕਰ ਹੈ ਉਹ ਰਹਿ ਜੂਗੀ ਭਾਜਪਾ ਤੇ ਕਾਂਗਰਸ ਦੇ ਵਿੱਚ ਜੀ ਪਹਾੜੀ ਉਹ ਇਲਾਕਾ ਹੁਣ ਕਰਕੇ ਕਾਂਗਰਸ ਦੀ ਚੰਗੀ ਪੀਠ ਰਹੀ ਆ ਉੱਥੇ ਤਾਂ ਐਸ ਵਾਰੀ ਵੀ ਕਾਂਗਰਸ ਉੱਥੇ ਟੱਕਰ ਚ ਰਹੂਗੀ ਤੇ ਛੋਟਾ ਸੂਬਾ 68 ਕ ਸੀਟਾਂ ਨੇ ਉੱਥੇ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਗੁਜਰਾਤ ਦੀ ਜਿੱਥੇ ਤੁਸੀਂ ਸ਼ੁਰੂ ਵਿੱਚ ਕਿਹਾ ਕਿ ਪੂਰਾ ਪੰਜਾਬ ਟੁੱਕਿਆ ਰਿਹਾ ਪੰਜਾਬ ਦਾ ਸਿਆਸੀ ਮਾਹੌਲ ਤੇ ਪ੍ਰਸ਼ਾਸਨਿਕ ਮਾਹੌਲ ਵੀ ਪ੍ਰਭਾਵਿਤ ਰਿਹਾ 182 ਸੀਟਾਂ ਜਿੱਥੇ ਦੋ ਗੇਡ ਦੇ ਵਿੱਚ VOTING ਹੋਈ ਤੇ VOTING ਹੋਣ ਤੋਂ ਬਾਅਦ ਹੁਣ ਉਹਦੇ ਨਤੀਜੇ ਆਉਣੇ ਨਹੀਂ ਤੇ ਨਾਲ ਦੀ ਨਾਲ ਅਗਲਿਆਂ ਨੇ ਘਟਣੀ ਗੁਜ਼ਾਰੀ ਜੀ ਦਿੱਲੀ ਦੀ ਨਗਰ ਨਿਗਮ ਚੋਣ ਵੀ ਵਿਚਰਖਾ ਦਿੱਤੀ ਕਰਵਾ ਦਿੱਤੀ ਕਿ ਥੋੜਾ ਜਿਹਾ ਜਿਹੜਾ ਧਿਆਨ ਹੋਰ ਡਾਇਵਰਟ ਹੋ ਕੇ ਦਿੱਲੀ 'ਚ ਜਾਵੇ ਪਰ ਉਹਨਾਂ ਨੇ ਵੱਖਰੀਆਂ ਵੱਖਰੀਆਂ ਡਿਊਟੀਆਂ ਲਾਈਆਂ ਤੇ ਦਿੱਲੀ ਦੇ ਵਿੱਚ ਮਗਰਲੇ 15 ਸਾਲਾਂ ਤੋਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਬਣੀ ਹੋਈ ਹੈ ਜੀ ਚਾਹੇ ਉੱਥੇ ਜਿਹੜੀ ਸੱਤਾ ਹੈ ਉਹ ਤਾਂ ਕੇਜਰੀਵਾਲ ਸਾਹਿਬ ਦੀ ਹੈ ਪਰ ਨਗਰ ਨਿਗਮ ਚੋਣਾ ਦੇ ਵਿੱਚ ਭਾਜਪਾ ਤੇ ਗੁਜਰਾਤ ਦੀ ਗੱਲ ਕਰੀਏ ਤਾਂ 27 ਸਾਲਾਂ ਤੋਂ ਉੱਥੇ ਭਾਜਪਾ ਲਗਾਤਾਰ ਬਣੀ ਹੋਈ ਹੈ ਜੀ ਪਰ ਹੁਣ ਦੇ ਜਿਹੜੇ ਇਹ ਨਤੀਜੇ ਆਉਣੇ ਨੇ ਉਹ ਤਾਂ ਵੱਖਰੀ ਗੱਲ ਹੈ ਪਰ ਐਗਜ਼ਿਟ ਪੋਲ ਕੀ ਕਹਿੰਦਾ ਹੈ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਬਾਰੇ ਜੀ 68 ਸੀਟਾਂ ਜੀ ਮੈਂ ਔਸਤਨ ਸਾਰੇ ਸਰਵੇਿਆਂ ਦੀ ਔਸਤਨ ਲੈ ਕੇ ਤੁਹਾਡੇ ਨਾਲ ਇਹ ਗੱਲ ਕਰੂੰਗਾ ਬੀਜੇਪੀ ਨੂੰ 68 ਦੇ ਵਿੱਚੋਂ 35 ਮਿਲਦੀਆਂ ਜੀ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਕਾਂਗਰਸ 30 ਦੇ ਉੱਤੇ ਹੈ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲ ਰਿਹਾ ਐਗਜ਼ਿਟ ਪੋਲ ਕਹਿੰਦੀ ਤੇ ਜੇ ਵਾਧੂ ਦੀ ਗੱਲ ਕਰੀਏ ਜਿਹਨੂੰ ਅਸੀਂ ਆਜ਼ਾਦ ਕਹਿ ਦਿੰਨੇ ਆ ਉਹ ਤਿੰਨ ਜੱਤ ਰਹੇ ਨੇ ਇਹ ਹਿਮਾਚਲ ਪ੍ਰਦੇਸ਼ ਬਾਰੇ ਸਾਰੇ ਐਗਜ਼ਿਟ ਪੋਲ ਦੀ ਇੱਕ ਪਰਸੈਂਟੇਜ ਕੱਢ ਕੇ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਜੀ ਕਿ ਇਸ ਤਰੀਕੇ ਦੀ ਪਰਸੈਂਟੇਜ ਨਿਕਲ ਰਹੀ ਹੈ ਗੁਜਰਾਤ ਦੇ ਵਿੱਚ 182 ਸੀਟ ਹੈ 182 ਸੀਟਾਂ ਦੇ ਵਿੱਚ ਭਾਜਪਾ 132 ਲੈ ਰਹੀ ਹੈ ਤੇ ਕਾਂਗਰਸ ਕੱਲੀਆਂ 38 ਲੈ ਰਹੀ ਹੈ ਜੀ ਆਮ ਆਦਮੀ ਪਾਰਟੀ ਨੂੰ 8 ਸੀਟਾਂ ਆ ਰਹੀਆਂ ਤੇ ਆਜ਼ਾਦ ਇੱਥੇ 4 ਜਿੱਤਣਗੇ ਪਰ ਨਾਲ ਦੀ ਨਾਲ ਐਗਜ਼ਿਟ ਪੋਲ ਇਹ ਵੀ ਕਹਿੰਦਾ ਤੇ ਪਿਛਲੇ ਦਿਨੀ ਇਹ ਗੱਲ ਮੈਂ ਵੀ ਇਸੇ ਪਲੈਟਫਾਰਮ ਤੋਂ ਕਹੀ ਸੀ ਕਿ 5% ਵੋਟ ਜੇਕਰ ਕਿਸੇ ਪਾਰਟੀ ਨੂੰ ਪੈ ਜਾਂਦੀ ਹੈ ਤਾਂ ਉਹ ਨੈਸ਼ਨਲ ਪਾਰਟੀ ਦਾ ਰੁਤਬਾ ਹਾਸਲ ਕਰਦੀ ਹੈ ਜੀ ਇੱਥੇ ਵੋਟ ਪਰਸੈਂਟੇਜ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ 5% ਤੋਂ ਵੱਧੂਗੀ ਇਹ ਗੱਲ ਐਗਜ਼ਿਟ ਪੋਲ ਨੇ ਵੀ ਅੱਜ ਕਹਿ ਦਿੱਤੀ ਹੈ ਤਾਂ ਆਮ ਆਦਮੀ ਪਾਰਟੀ ਨੇ ਉੱਥੇ ਗਵਾਇਆ ਕੁਝ ਨਹੀਂ ਚਾਹੇ ਪਾਇਆ ਥੋੜਾ ਖਾਤਾ ਖੋਲ ਲਿਆ 8 ਟਿਕਟਾਂ ਉਹਨਾਂ ਨੂੰ ਆ ਗਈਆਂ ਨੇ ਜੀ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਵੋਟ ਪਰਸੈਂਟੇਜ ਆ ਗਿਆ ਉਹ ਨੈਸ਼ਨਲ ਪਾਰਟੀ ਦਾ ਰੁਤਬਾ ਲੈ ਲੂਗੀ ਤੇ ਕੱਲ ਨੂੰ ਜੇਕਰ ਉਹਨੇ ਐਮਪੀ ਇਲੈਕਸ਼ਨਾਂ ਦੇ ਵਿੱਚ ਹਰ ਥਾਂ ਦੇ ਉੱਤੇ ਆਪਣੇ ਜਿਹੜੇ ਝੰਡੇ ਗੱਟਨੇ ਹੋਣਗੇ ਤਾਂ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਇਸ ਤੋਂ ਅੱਗੇ ਦਿੱਲੀ ਦੀ ਨਗਰ ਨਿਗਮ ਦੀ ਗੱਲ ਕਰੀਏ ਜੀ 7 ਦਸੰਬਰ ਨੂੰ ਇਹਦੀ ਚਾਹੇ ਗਿਣਤੀ ਹੋ ਜਾਣੀ ਹੈ ਸਾਹਮਣੇ ਆ ਜਾਣੀ ਹੈ ਗੱਲ ਪਰ ਫਿਰ ਵੀ ਆਮ ਆਦਮੀ ਪਾਰਟੀ ਇੱਥੇ ਹੁੰਝਾ ਫਿਰ ਜਿੱਤ ਵਿੱਚ ਹੈ 15 ਸਾਲਾਂ ਬਾਅਦ ਇਥੋਂ ਭਾਜਪਾ ਜਿਹੜੀ ਨਗਰ ਨਿਗਮ ਚੋਂ ਪਾਸੇ ਹੋ ਜੂਗੀ ਜੀ ਆਮ ਆਦਮੀ ਪਾਰਟੀ ਨੂੰ 154 ਆ ਰਹੀਆਂ ਨੇ ਤੇ ਭਾਜਪਾ ਨੂੰ ਇੱਥੇ 84 ਆ ਰਹੀਆਂ ਨੇ ਤੇ ਕਾਂਗਰਸ ਨੂੰ 6 ਤੇ ਆਜ਼ਾਦ ਵੀ ਕਹਿੰਦੇ ਇਥੋਂ 6 ਜਿੱਤਣਗੇ ਇਹ ਹੈ ਐਗਜ਼ਿਟ ਪੋਲ ਦੇ ਨਤੀਜੇ ਪਰ ਮੈਂ ਫਿਰ ਜਾਂਦਾ ਜਾਂਦਾ ਕਹਿ ਦੇਵਾਂ ਅਸੀਂ ਇਸ ਐਗਜ਼ਿਟ ਪੋਲ ਦੇ ਨਤੀਜਿਆਂ ਦੀ ਕੋਈ ਪੁਸ਼ਟੀ ਨਹੀਂ ਕਰਦੇ ਜੀ ਅਸੀਂ ਕਿਉਂ ਦੀ ਹਮ ਹੀ ਨਹੀਂ ਪਰਦੇ ਵਰਾਸਤ মিডিਆ ਤੁਹਾਡੇ ਨਾਲ ਜਾਣਕਾਰੀ ਤੇ ਜਾਣਕਾਰੀ ਦਾ ਵਿਸ਼ਲੇਸ਼ਣ ਕਰਦਾ ਹੈ। ਅਸੀਂ ਕਿਸੇ ਤਰੀਕੇ ਦਾ ਕਿ ਐਗਜ਼ਿਟ ਪੋਲ ਨਹੀਂ ਕੀਤਾ। ਜੀ। ਅਸੀਂ ਕੀ ਕੀਤਾ ਜਿੰਨੇ ਹੁਣ ਤੱਕ ਇਹ ਸਰਵੇਖਣ ਹੋਏ ਆ ਉਹਦੀ ਪਰਸੈਂਟੇਜ ਕੱਢ ਕੇ ਤੁਹਾਨੂੰ ਹਵਾ ਦੱਸੀ ਹੈ ਕਿ ਹਵਾ ਕਿਧਰਲੇ ਪਾਸੇ ਵਗ ਰਹੀ ਹੈ। ਆਪਣੇ ਪੱਧਰ ਉੱਤੇ ਵਰਾਸਤ মিডিਆ ਨੇ ਕੋਈ ਐਗਜ਼ਿਟ ਪੋਲ ਨਹੀਂ ਕੀਤਾ ਕਿਉਂਕਿ ਕੁਝ ਜਿਹੜੇ ਦਰਸ਼ਕ ਹੁੰਦੇ ਨੇ ਨਾ ਉਹ ਕਹਿੰਦੇ ਜੀ ਤੁਹਾਡੇ ਅੰਦਾਜ਼ੇ ਤਾਂ ਗਲਤ ਗਏ। ਜੀ। ਤੁਸੀਂ ਜੋ ਕੁਝ ਇੱਥੇ ਬੈਠ ਕੇ ਕਿਹਾ ਸੀ ਉਹ ਤਾਂ ਹੋਇਆ ਹੀ ਨਹੀਂ। ਅਸੀਂ ਇੱਥੇ ਬੈਠ ਕੇ ਜੋ ਕੁਝ ਕਿਸੇ ਨੇ ਕਿਹਾ ਉਸ ਦੇ ਉੱਤੇ ਟਿੱਕਟ ਪਣੀ ਕੀਤੀ ਹੈ ਜੀ ਉਸ ਨੂੰ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਿਆ ਹਾਂ ਅਸੀਂ ਵੱਖਰਾ ਕੀ ਕੀਤਾ ਅਸੀਂ ਕਿਸੇ ਇੱਕ ਐਗਜ਼ਿਟ ਪੋਲ ਨੂੰ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਜੀ 8 ਹੋਏ 10 ਹੋਏ ਕਿਸੇ ਸਮੇਂ ਤੇ 5 ਹੋਏ ਅਸੀਂ ਸਾਰਿਆਂ ਦੀ ਪਰਸੈਂਟੇਜ ਗੱਢ ਕੇ ਤੁਹਾਨੂੰ ਦੱਸ ਦਿੱਤਾ ਕਿ ਗੁਜਰਾਤ ਦੇ ਵਿੱਚ ਇੱਕ ਵਾਰੀ ਫੇਰ ਮੋਦੀ ਸਾਹਿਬ ਦੀ ਪਾਰਟੀ ਰਿਪੀਟ ਕਰੂਗੀ ਹਿਮਾਚਲ ਦੇ ਵਿੱਚ ਕਾਂਗਰਸ ਤੇ ਬੀਜੇਪੀ ਦੇ ਵਿੱਚ ਟੱਕਰ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੇ ਉੱਤੇ ਦਾਲ ਨਹੀਂ ਗਲੀ ਜੀ ਤੇ 15 ਸਾਲਾਂ ਬਾਅਦ ਨਗਰ ਨਿਗਮ ਦੇ ਵਿੱਚ ਬੀਜੇਪੀ ਨੂੰ ਪਾਸੇ ਕਰਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਉਣ ਜਾ ਰਹੀ ਹੈ ਖੈਰ ਨਤੀਜੇ ਆ ਜਾਣਗੇ ਜੀ ਸਭ ਕੁਝ ਕਲੀਅਰ ਹੋ ਜਾਊਗਾ ਅੱਗੇ ਗੱਲ ਪੰਜਾਬ ਦੀ ਕਰਦੇ ਹਾਂ ਜੀ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਵਿੱਚ ਵਧ ਰਹੀ ਨਜਾਇਜ਼ ਸ਼ਰਾਬ ਦੇ ਕਾਰੋਬਾਰ ਤੇ ਨਸ਼ਿਆਂ ਦੇ ਕਾਰੋਬਾਰ ਤੇ ਚਿੰਤਾ ਪ੍ਰਗਟਾਈ ਹੈ ਤੇ ਨਾਲ ਹੀ ਪੰਜਾਬ ਸਰਕਾਰ ਦੀ ਝਾੜ-ਝਾਂਪ ਵੀ ਕੀਤੀ ਹੈ ਜੀ ਦੇਖੋ ਜੇਕਰ ਅਸੀਂ ਇਹ ਦੇਖੀਏ ਨਾ ਕਿ ਨਜਾਇਜ਼ ਸ਼ਰਾਬ ਜੀ ਨਿਜਾਇਸ਼ਰਾਵ ਦੋ ਤਰੀਕਿਆਂ ਦੀ ਹੈ ਇੱਕ ਉਹ ਹੈ ਜਿਹੜੀ ਕਿ ਪੱਠੀ ਲਾ ਕੇ ਨਿਕਲਦੀ ਹੈ ਤੇ ਉਸੇ ਦੇ ਵਿੱਚ ਇੱਕ ਉਹ ਹੈ ਜਿਹੜੀ ਕਿ ਨਕਲੀ ਫੈਕਟਰੀਆਂ ਬਣਾਉਂਦੀ ਹੈ ਜੀ ਚਾਹੇ ਉਹ ਰਾਜਪੁਰੇ ਵਿੱਚ ਸੀ ਚਾਹੇ ਇਲੈਕਸ਼ਨ ਦੇ ਵਿੱਚ ਸ਼ਾਇਦ ਤੁਹਾਡੇ ਯਾਦ ਹੋਊ ਇੱਕ ਵਾਰੀ ਰੌਲਾ ਪਿਆ ਸੀ ਕਿ ਬਾਦਲਪਿੰਡ ਦੇ ਵਿੱਚ ਵੀ ਇਹ ਕਾਰੋਬਾਰ ਫੜਿਆ ਗਿਆ ਸੀ ਜੀ ਤੇ ਰਾਜਪੁਰੇ ਵਿੱਚ ਜੋ ਕੁਝ ਫੜਿਆ ਗਿਆ ਉਹਨਾਂ ਉੱਤੇ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ ਸੀ ਸਾਰੇ ਜਾਣਦੇ ਆ ਸਿਰ ਚ ਪੂਣੀ ਨਹੀਂ ਕੱਤੀ ਗਈ ਉਹਨਾਂ ਚ ਇੱਕ ਤਾਂ ਇਹ ਕੈਟਾਗਰੀ ਆ ਜੀ ਦੂਜੀ ਕੈਟਾਗਰੀ ਆ ਹੋਰ ਸਟੇਟਾਂ ਤੋਂ ਆ ਕੇ ਜਿਹੜੀ ਸ਼ਰਾਬ ਵਿਕਦੀ ਆ ਉਹ ਵੀ ਅਸੀਂ ਨਜਾਇਜ਼ ਦੇ ਵਿੱਚ ਮੰਨਦੇ ਆ ਇੱਥੇ ਮੈਂ ਇੱਕ ਗੱਲ ਦੱਸ ਦੇਵਾਂ ਕਿ 220 ਦੀ ਘਟਨਾ ਹੈ ਮਾਝੇ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਦੇ ਵਿੱਚ ਜਦੋਂ ਨਜਾਇਜ਼ ਸ਼ਰਾਬ ਪੀਣ ਦੇ ਨਾਲ ਜਾਂ ਕਹਿੰਦੀ ਕਿ ਨਜਾਇਜ਼ ਤਰੀਕੇ ਨਾਲ ਬਣਾਈ ਸ਼ਰਾਬ ਪੀਣ ਦੇ ਨਾਲ ਜੀ ਜਿਹੜੀਆਂ ਫੈਕਟਰੀਆਂ ਦੁਆਰਾ ਬਣਾਈ ਗਈ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਕੈਪਟਨ ਮਨਿੰਦਰ ਜੀ ਦਾ ਉਦੋਂ ਰਾਤ ਸੀ ਤੇ ਪੂਰੀ ਲਾਲਾ ਲਾਲਾ ਹੋਈ ਸੀ ਕੀ ਹੋਊਗਾ ਇਹਦੇ ਤੇ ਸੈੱਟ ਬਣ ਗਈ ਹੋਊਗੀ ਜਾਂਚ ਆਰੰਭਤੀ ਹੋਊਗੀ ਅੱਜ ਫੜਦਿਆਂ ਕੱਲ ਫੜਦਿਆਂ ਕਰ ਦਿੱਤੀ ਹੋਊਗੀ ਤਾਂ ਕੁਝ ਨਹੀਂ ਹੋਇਆ ਤਾਂ ਸੁਪਰੀਮ ਕੋਰਟ ਨੇ ਇਸ ਮਸਲੇ ਨੂੰ ਚੱਕਿਆ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਇਆ ਕਿ 2020 ਦਾ ਮਸਲਾ ਵਿਚਾਰਿਆ ਗਿਆ ਤੇ ਪੰਜਾਬ ਸਰਕਾਰ ਨੂੰ ਤਲਬ ਕਰਕੇ ਪੁੱਛਿਆ ਉਹ ਕਹਿੰਦੇ ਚਾਹੇ A ਦੀ ਸਰਕਾਰ ਆ ਚਾਹੇ B ਦੀ ਐ ਸਾਨੂੰ ਪਾਰਟੀਆਂ ਨਾਲ ਮਤਲਬ ਨਹੀਂ ਜੀ ਸਾਨੂੰ ਪੰਜਾਬ ਨਾਲ ਮਤਲਬ ਹੈ ਤੁਸੀਂ ਦੱਸੋ ਕਿ ਤੁਸੀਂ ਕੀਤਾ ਕੀ ਹੈ ਬੈਂਚ ਨੇ ਬੜੇ ਰੁੱਖੇ ਜਿਹੇ ਤਰੀਕੇ ਦੇ ਨਾਲ ਜਾਂ ਕਿ ਦੀ ਸਖਤੀ ਵਾਲੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਪੁੱਛਿਆ ਤੇ ਪੰਜਾਬ ਸਰਕਾਰ ਨੇ ਪਤਾ ਕੀ ਕਿਹਾ ਕਹਿੰਦੇ ਜੀ ਅਸੀਂ ਜੁਰਮਾਨੇ ਲਾਏ ਆ ਜੀ ਉਹ ਕਹਿੰਦੇ ਜੁਰਮਾਨੇ ਲਾਉਣ ਦੇ ਨਾਲ ਨਸ਼ਾ ਰੁਕ ਜਾਂਦਾ 13000 ਭਟੀਆਂ ਤੁਸੀਂ ਫੜੀਆਂ ਤੇ 13000 ਪੱਠੀਆਂ ਉੱਤੇ ਤੁਹਾਡੀ ਕਾਰਵਾਈ ਕੀ ਹੈ ਜੀ ਤੁਸੀਂ ਜਿਹੜੇ ਲਾਇਸੈਂਸ ਨੇ ਉਹ ਰੱਦ ਕਿਉਂ ਨਹੀਂ ਕੀਤੇ ਜਿੱਥੇ ਜਿੱਥੇ ਇਹ ਨਜਾਇਜ਼ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈ ਫਿਰ ਤੁਸੀਂ ਗੱਲ ਕਹਿੰਦੇ ਹੋ ਕਿ ਅਸੀਂ ਐਫ ਆਈ ਆਰ ਕੀਤੀ ਹੈ ਇਸ ਮਾਮਲੇ ਵਿੱਚ ਗਰਸੇਵਕ ਜੀ 13 ਐਫ ਆਈ ਆਰ ਹੋਈਆਂ ਜੀ ਪਰ ਚਲਾਨ ਤਿੰਨਾਂ ਦੀ ਪੇਸ਼ ਹੋਏ ਹੈ ਤੁਸੀਂ ਹੈਰਾਨ ਹੋਵੋਗੇ ਫਿਰ ਦਸਾਂ ਦੇ ਚਲਾਨ ਕਿਉਂ ਨਹੀਂ ਪੇਸ਼ ਹੋਏ ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਸਵਾਲ ਖੜਾ ਕੀਤਾ ਕੀ ਹੋ ਰਿਹਾ ਕਿਸ ਤਰੀਕੇ ਦੀ ਤੁਸੀਂ ਕਾਰਵਾਈ ਕਰ ਰਹੇ ਹੋ ਤੇ ਇੱਥੇ ਜਿਹੜਾ ਦੂਸਰੇ ਪਾਸੇ ਵਕੀਲ ਖੜਾ ਸੀ ਸਰਕਾਰ ਦੇ ਉਲਟ ਖੜਾ ਜਿਹੜਾ ਵਕੀਲ ਸੀ ਉਹਨਾਂ ਨੇ ਇੱਕ ਬੜਾ ਸਿੱਧਾ ਸਿੱਧਾ ਸਵਾਲ ਚੱਕਿਆ ਉਹ ਕਹਿੰਦੇ ਕਿ ਇਹ ਗੱਠਜੋੜ ਹੈ ਜੀ ਜੀ ਪੁਲਿਸ ਪਲੱਸ ਸਿਆਸਤਦਾਨ ਇਹ ਗੱਠਜੋੜ ਤੋੜਨ ਦੀ ਲੋੜ ਹੈ ਤਾਂ ਇਹਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਦੇਖੋ ਇਹਦੇ ਨਾਲ ਗਰੀਬਾਂ ਦੀ ਮੌਤ ਹੁੰਦੀ ਹੈ ਕੋਈ ਅਮੀਰ ਕਿਉਂ ਨਹੀਂ ਮਰਦਾ ਕਿਉਂ ਕਿਉਂਕਿ ਅਮੀਰਾ ਨੂੰ ਉਹਦੀ ਕੁਆਲਿਟੀ ਦਾ ਪਤਾ ਹੈ ਅਮੀਰਾ ਨੂੰ ਉਹਦੇ ਬਣਾਉਣ ਦੇ ਪ੍ਰੋਸੈਸ ਦਾ ਪਤਾ ਹੈ ਉਹ ਕਹਿੰਦੇ ਨਾ ਕਿ ਆਪਣੀ ਹੱਡੀ ਤੋਂ ਕੋਈ ਨਹੀਂ ਖਾਂਦਾ ਹੁੰਦਾ ਜੀ ਉਹਨੂੰ ਪਤਾ ਹੁੰਦਾ ਕਿ ਮੈਂ ਕੀ ਕੁਝ ਵੇਚੀ ਜਾਂਦਾ ਤਾਂ ਉਸੇ ਤਰੀਕੇ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੁੱਛਿਆ ਕਿ ਇਹ ਤਰਨ ਤਰਨ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੇ 100 ਲੋਕ ਜਿਨ੍ਹਾਂ ਨੇ ਜਾਨ ਗਵਾਈ ਹੈ ਉਹਨਾਂ ਉੱਤੇ ਤੁਸੀਂ ਕੀ ਕੀਤਾ ਭਾਈ ਜੀ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਸਿਰਫ ਦੋ ਹਫ਼ਤਿਆਂ ਦਾ ਕਿ ਦੋ ਹਫ਼ਤਿਆਂ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਆਪਣਾ ਪੱਖ ਹੈ ਜਿਹੜਾ ਉਹ ਸਾਡੇ ਨਾਲ ਸਾਂਝਾ ਕਰੇ ਦੋ ਹਫ਼ਤਿਆਂ ਬਾਅਦ ਸੁਪਰੀਮ ਕੋਰਟ ਨੇ ਫੇਰ ਬੁਲਾ ਲਿਆ ਪਰ ਦੇਖਦੇ ਆ ਪਰ ਮੈਨੂੰ ਜਾਪਦਾ ਨਹੀਂ ਇਹਦੇ ਵਿੱਚ ਕੋਈ ਇਸ ਤਰੀਕੇ ਦੇ ਨਾਲ ਕੋਈ ਬਹੁਤ ਵੱਡਾ ਤੀਰ ਮਾਰ ਕੇ ਪੰਜਾਬ ਸਰਕਾਰ ਉੱਥੇ ਪਹੁੰਚੂਗੀ ਇਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਜੀ ਦੋ ਹਫ਼ਤੇ ਬਾਅਦ ਵੀ ਇਹੀ ਗੱਲ ਹੈ ਕਿਸੇ ਹੋਰ ਤਰੀਕੇ ਨਾਲ ਕਹਿ ਦੇਣਗੇ ਇਹਨਾਂ ਨੇ ਕੀ ਪੱਖ ਰੱਖਿਆ ਕਿਸੇ ਜਰਮਾਨੇ ਕਰਤੇ ਜੀ ਅਸੀਂ ਐਫ ਆਈ ਆਰ ਕੀਤੀਆਂ ਜੀ ਅਸੀਂ ਟੀਮਾਂ ਬਣਾਈਆਂ ਜੀ ਪਰ ਉਹ ਟੀਮਾਂ ਕੀ ਕਰਦੀਆਂ ਨੇ ਉਹ ਕਹਿੰਦੇ ਕਿ ਪੰਜਾਬ ਦਾ ਨਾ ਇਸ ਸਰਹੱਦੀ ਸਟੇਟ ਹੋਣ ਕਰਕੇ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਜੀ ਕਿ ਐਡਾ ਖੂਬਸੂਰਤ ਸਾਡਾ ਇਹ ਸਟੇਟ ਸਰਹੱਦੀ ਹੈ ਤੇ ਇੱਥੋਂ ਦੇ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਲਗਾਤਾਰ ਨਸ਼ਿਆਂ ਦੇ ਆਦੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਦੁਸ਼ਮਣ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਸਨ ਲਾਉਂਦਾ ਤਾਂ ਸਭ ਤੋਂ ਪਹਿਲਾਂ ਉਹ ਸਰਹੱਦੀ ਸੂਬਿਆਂ ਨੂੰ ਦੋ ਤਰੀਕਿਆਂ ਨਾਲ ਤੋੜਦਾ ਹੈ ਜੀ ਇੱਕ ਤੋੜੂਗਾ ਉਹ ਧਰਮ ਦੇ ਪੱਤੇ ਨਾਲ ਤੇ ਦੂਜਾ ਤੋੜੂਗਾ ਉਹ ਸਮਗਲਿੰਗ ਦੇ ਪੱਤੇ ਨਾਲ ਅਸੀਂ ਦੇਖਦੇ ਹਾਂ ਜੰਮੂ ਕਸ਼ਮੀਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਧਰਮ ਦੇ ਪੱਤੇ ਨਾਲ ਤੋੜਿਆ ਹੋਇਆ ਹੈ ਜਾਂ ਤੋੜਨ ਦੀ ਕੋਸ਼ਿਸ਼ ਹੈ ਤੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਮਗਲਿੰਗ ਵਾਲੇ ਪੱਤੇ ਨਾਲ ਤੋੜਿਆ ਹੋਇਆ ਹੈ ਚਾਹੇ ਇੱਥੇ ਨਸ਼ੇ ਦੀ ਗੱਲ ਕਰੀਏ ਡਰੋਨ ਦੇ ਰਾਹੀਂ ਆਉਂਦੇ ਆ ਜਾਹੀ ਹਥਿਆਰ ਦੀ ਗੱਲ ਕਰੀਏ ਤੇ ਜਾਂ ਫਿਰ ਨਜਾਇਜ਼ ਤਰੀਕੇ ਦੀ ਜਿਹੜੀ ਪੈਸੇ ਦਾ ਡੀਲ ਲੈਂਡ ਹੁੰਦਾ ਉਹਦੀ ਗੱਲ ਕਰੀਏ ਤਾਂ ਇਹ ਸਾਰੇ ਕਾਸੇ ਉੱਤੇ ਸੁਪਰੀਮ ਕੋਰਟ ਨੇ ਨੱਥ ਪਾਉਣ ਦੇ ਲਈ ਕਿਹਾ ਹੈ ਪਰ ਸੁਪਰੀਮ ਕੋਰਟ ਹਰ ਵਾਰੀ ਆਪਣੀ ਜ਼ਿੰਮੇਵਾਰੀ ਬਕਾਇਦਾ ਤਰੀਕੇ ਦੇ ਨਾਲ ਨਿਭਾ ਦਿੰਦੇ ਨੇ ਪਰ ਇੱਥੇ ਬੈਠੇ ਅਫਸਰ ਸਿਆਸਤਦਾਨ ਇਸ ਗੱਲ ਨੂੰ ਮੇਰੇ ਖਿਆਲ ਦੇ ਨਾਲ ਜਾ ਤਾ ਸੀਰੀਅਸ ਨਹੀਂ ਲੈਂਦੇ ਜਾਂ ਫਿਰ ਇਹ ਗੱਠ ਜੋੜੀ ਅਡਾ ਵੱਡਾ ਹੋ ਗਿਆ ਕਿ ਇਹਨਾਂ ਦੇ ਦਾਇਰੇ ਤੋਂ ਬਾਹਰ ਨਿਕਲ ਗਿਆ ਹੈ ਜੀ ਬਿਲਕੁਲ ਜੀ ਹੁਣ ਤਾਂ ਬਹੁਤ ਸਖਤ ਸਮਾਂ ਹੈ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕਾਰਵਾਈ ਹੋ ਜਾਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਜਦੋਂ ਕਿਤੇ ਐਵੇਂ ਦੀ ਕੋਈ ਖਬਰ ਆਉਂਦੀ ਨਾ ਨਸ਼ੇ ਦੇ ਨਾਲ ਕਿਤੇ ਕੋਈ ਮੌਤ ਹੋਈ ਹੈ ਜਾਂ ਉਦਾਂ ਦੀ ਤੇ ਹਰ ਇੱਕ ਬੰਦੇ ਦਾ ਦਿਲ ਡਹਿਲ ਜਾਂਦਾ ਵੀ ਬਹੁਤ ਬੁਰਾ ਹੋਇਆ ਤੇ ਹੁਣ ਇਹ ਚੀਜ਼ਾਂ ਆਮ ਹੀ ਹੋ ਚੱਲੀਆਂ ਜੀ ਅੱਗੇ ਗੱਲ ਕਰਦੇ ਹਾਂ ਜੀ ਪੰਚਾਇਤ ਸੱਤਰ ਹੜਤਾਲ ਤੇ ਬੈਠੇ ਨੇ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਾਫੀ ਚਿਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹੁਣ ਪੰਜਾਬ ਸਰਕਾਰ ਹੋਰ ਹੀ ਰੋਹ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਨੋ ਵਰ ਇਕੋ ਇਹਦੇ ਉੱਤੇ ਜਿਹੜੇ ਵਿਭਾਗ ਦੇ ਡਾਇਰੈਕਟਰ ਸਾਹਿਬ ਨੇ ਗੁਰਪ੍ਰੀਤ ਖਹਿਰਾ ਜੀ ਉਹਨਾਂ ਦਾ ਬਿਆਨ ਆਇਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਨੇ ਕਿ ਜੇਕਰ ਕੰਮ ਨਹੀਂ ਤਾਂ ਤਨਖਾਹ ਨਹੀਂ ਮੈਂ ਮੰਨਦਾ ਐਸ ਗੱਲ ਨੂੰ ਕਿ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਜੀ ਪਰ ਕੀ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਕੀ ਜੋ ਕੋ ਜੋ ਮੰਗ ਰਹੇ ਨੇ ਉਹ ਨਜਾਇਜ਼ ਹੈ ਕੀ ਜੋ ਕੁਝ ਉਹਨਾਂ ਨੇ ਹੁਣ ਤੱਕ ਰਵਾਜ ਵਿੱਚ ਰੱਖਿਆ ਆਪਣੇ ਨਾਰੇ ਵਿੱਚ ਰੱਖਿਆ ਆਪਣੇ ਧਰਨੇ ਵਿੱਚ ਰੱਖਿਆ ਉਹਦੇ ਉੱਤੇ ਤੁਸੀਂ ਕੋਈ ਉਹਨਾਂ ਨੂੰ ਸੰਤੁਸ਼ਟ ਕਰਨ ਵਾਲਾ ਉੱਤਰ ਦਿੰਦਾ ਹੈ ਜੀ ਕੋਈ ਤੁਸੀਂ ਉਹਨਾਂ ਨੂੰ ਵਕਤ ਦਿੰਦਾ ਹੈ ਕੋਈ ਕਿਸੇ ਤਰੀਕੇ ਦੀ ਉਹਨਾਂ ਨਾਲ ਮੀਟਿੰਗ ਕੀਤੀ ਹੈ ਕੋਈ ਪੰਜ ਸੱਤ ਮੀਟਿੰਗਾਂ ਕਰਕੇ ਤੁਸੀਂ ਕਹਿ ਦਿੰਦਾ ਹੈ ਕਿ ਅਸੀਂ ਤਾਂ ਇਸ ਮਸਲੇ ਨੂੰ ਹੱਲ ਨਹੀਂ ਕਰ ਪਾ ਰਹੇ ਸਿੱਧੀ ਸਿੱਧੀ ਇਹ ਗੱਲ ਕਹਿ ਦੇਣੀ ਕਿ ਤੁਸੀਂ ਹੜਤਾਲ ਤੇ ਬੈਠੇ ਹੋ ਤਾਂ ਜੇਕਰ ਕੰਮ ਨਹੀਂ ਕਰੋਗੇ ਤਾਂ ਤਨਖਾਹ ਨਹੀਂ ਮਿਲੂਗੀ ਜੀ ਮਸਲੇ ਕੀ ਹੈ ਸਿੱਧਾ ਸਿੱਧਾ ਮਸਲਾ ਹੈ ਕਿ ਇੱਕ ਤਰੀਕ ਨੂੰ ਤਨਖਾਹ ਦਿਓ ਸਰਕਾਰੀ ਖਜ਼ਾਨੇ ਚੋਂ ਦਿਓ ਇਦੇ ਵਿੱਚ ਨਜਾਇਜ਼ ਕੀ ਹੈ ਜੀ ਬਿਲਕੁਲ ਜੈਤ ਜੀ ਮੰਗ ਹੈ ਅੱਗੇ ਉਹਨੇ ਕਿਹਾ ਕਿ ਪ੍ਰਾਣੀ ਪੈਨਸ਼ਨਾਂ ਜਿਹੜੀ ਉਹ ਲਾਗੂ ਕਰ ਦਿਓ ਤੁਸੀਂ ਸਾਰਿਆਂ ਲਈ ਕਰ ਰਹੇ ਹੋ ਤੇ ਤੁਸੀਂ ਉਹਨਾਂ ਲਈ ਵੀ ਕਰ ਸਕਦੇ ਮੈਂ ਕੋਈ ਇੱਥੇ ਉਹਨਾਂ ਦਾ ਪੱਖ ਨਹੀਂ ਲੈ ਰਿਆ ਮੈਂ ਕੋਈ ਉਹਨਾਂ ਦਾ ਨਮਾਇੰਦਾ ਬਣ ਕੇ ਇੱਥੇ ਬੋਲਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਕਹਿੰਦਾ ਕਿ ਇਹ ਮਸਲੇ ਨਹੀਂ ਜੀ ਤੁਸੀਂ ਇਹਨਾਂ ਉੱਤੇ ਆਪਣਾ ਜਵਾਬ ਦਾਇਰ ਕਰ ਦਿਓ ਮੀਡੀਆ 'ਚ ਹੀ ਕਰ ਦਿਓ ਤੁਸੀਂ ਉਹਨਾਂ ਦੇ ਪ੍ਰਧਾਨ ਸਾਹਿਬ ਕੋਲੇ ਕਰ ਦਿਓ ਸੁਖਪਾਲ ਸਿੰਘ ਗਿੱਲ ਕੋਲੇ ਕਰ ਦਿਓ ਪਰ ਕਿਤੇ ਤਾਂ ਤੁਸੀਂ ਆਪਣਾ ਜਵਾਬ ਦਾਇਰ ਕਰੋਗੇ ਨਾ ਇਸ ਤੋਂ ਅੱਗੇ ਉਹਨਾਂ ਨੇ ਕਿਹਾ ਤੇ ਇਹ ਬੜਾ ਖੂਬਸੂਰਤ ਤਰੀਕੇ ਨਾਲ ਕਿਹਾ ਕਿ ਵਾਧੂ ਕੰਮ ਸਾਡੇ ਤੋਂ ਵਾਪਸ ਲੈ ਲਓ ਜੋ ਵਾਧੂ ਕੰਮ ਦਿੰਨੇ ਹੋ ਤੇ ਆਖਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਜੀ ਇਹ ਆਪਣੇ ਆਪ ਵਿੱਚ ਸਿਸਟਮ ਦੇ ਮੂੰਹ ਉੱਤੇ ਚਪੇੜ ਹੈ ਕਿ ਜਿਹੜੀ ਤੁਸੀਂ ਸਿਆਸੀ ਤਰੀਕੇ ਨਾਲ ਸਾਡੀਆਂ ਬਦਲੀਆਂ ਕਰਦੇ ਹੋ ਨਾ ਜੀ ਕੈਪਟਨ ਸਾਹਿਬ ਦੇ ਰਾਜ ਵਿੱਚ ਸ਼ਾਇਦ ਤੁਸੀਂ ਵੇਖਿਆ ਹੋਊਗਾ ਇੱਕ ਬਦਲੀਆਂ ਹੋਈਆਂ ਸੀਗੀਆਂ ਮਾਝੇ ਵਾਲੇ ਮਾਲਵੇ ਵਿੱਚ ਮਾਲਵੇ ਵਾਲੇ ਦੁਆਬੇ 'ਚ ਤੇ ਦੁਆਬੇ ਵਾਲੇ ਮਾਝੇ 'ਚ ਜੀ ਦੂਰ ਦੂਰ ਤਿੰਨ 300 ਕਿਲੋਮੀਟਰ ਦੇ ਫਾਸਲੇ ਤੇ ਇਹ ਬਦਲੀਆਂ ਕਾਹਦੀ ਲਈ ਕਿਉਂ ਕਰ ਦਿੰਨੇ ਹੋ ਇਸ ਗੱਲ ਦੇ ਉੱਤੇ ਵੀ ਵਾਕਏ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਕਹਿ ਦੇਣਾ ਚਾਹੀਦਾ ਕਿ ਅਸੀਂ ਸਿਆਸੀ ਬਦਲਾਖੁਰੀ ਨਹੀਂ ਕਰਾਂਗੇ ਅਸੀਂ ਤੁਹਾਡੀ ਤਨਖਾਹ ਬਾਰੇ ਸੋਚਾਂਗੇ ਅਸੀਂ ਤੁਹਾਡੀ ਪੈਨਸ਼ਨ ਬਾਰੇ ਸੋਚਾਂਗੇ ਤੁਹਾਡੇ ਤੋਂ ਵਾਧੂ ਕੰਮ ਆ ਜਿਸ ਤਰੀਕੇ ਨਾਲ ਤੁਸੀਂ ਪਟਵਾਰੀਆਂ ਤੋਂ ਵਾਪਸ ਲਿਆ ਜੀ ਅਸੀਂ ਤੁਹਾਡੇ ਤੋਂ ਵਾਪਸ ਲਾਵਾਂਗੇ ਅਸੀਂ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਖਿਆਲ ਨਾਲ ਐਡਾ ਮੁੱਦਾ ਹੈ ਨਹੀਂਗਾ ਜਿਹਦੇ ਉੱਤੇ ਇਹ ਬਿਆਨ ਦੇਣਾ ਪਵੇ ਜਿਹਦੇ ਉੱਤੇ ਸਖਪਾਲ ਗਿੱਲ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਉਹ ਕਹਿ ਰਹੇ ਨੇ ਕਿ ਇਹ ਤਾਂ ਨਾਦਰਸ਼ਾਈ ਇਹਨਾਂ ਦਾ ਬਿਆਨ ਹੈ ਜੀ ਮੇਰੇ ਖਿਆਲ ਨਾਲ ਐਡਾ ਮਸਲਾ ਹੀ ਨਹੀਂ ਜਿਹਦੇ ਉੱਤੇ ਬਹੁਤ ਵੱਡਾ ਬਿਆਨ ਜਿਹੜਾ ਦਾਗ ਦਿੱਤਾ ਚੱਕ ਕੇ ਕਿ ਅਸੀਂ ਤਾਂ ਜੀ ਤਨਖਾਹ ਨਹੀਂ ਦੇਵਾਂਗੇ ਤੁਸੀਂ ਮੰਨਦੇ ਹੋ ਕਿ ਜਿਹੜੇ ਇਹ ਸਿਕੱਤਰ ਨੇ ਸੈਕਟਰੀ ਸਾਹਿਬ ਨੇ ਇਹਨਾਂ ਉੱਤੇ ਸਾਰੇ ਪੰਜਾਬ ਦੀ ਡਿਵੈਲਪਮੈਂਟ ਖੜਦੀ ਹੈ ਬਿਲਕੁਲ ਜੀ ਤੁਸੀਂ ਇੱਕ ਪਾਸੇ ਕਹੀ ਜਾਂਦੇ ਹੋ ਕਿ ਪੰਚਾਇਤਾਂ ਦੀਆਂ ਟ੍ਰੇਨਿੰਗ ਚੱਲ ਪਈਆਂ ਸਰਪੰਚਾਂ ਦੀਆਂ ਟ੍ਰੇਨਿੰਗ ਅਸੀਂ ਲਾ ਰਹੇ ਹਾਂ ਹੋਰ ਪੰਚਾਇਤ ਨਾਲ ਜੁੜੇ ਕੰਮਕਾਜ ਚੱਲ ਪਏ ਨੇ ਤੁਸੀਂ ਵਾਪਸ ਆ ਜਾਓ ਜੀ ਹੜਤਾਲ ਤੋਂ ਇਹ ਇੱਕ ਸਹੀ ਤਰੀਕਾ ਹੈ ਜੀ ਤੁਸੀਂ ਕਹਿ ਸਕਦੇ ਹੋ ਤੁਸੀਂ ਉਹਨਾਂ ਤੋਂ ਵਕਤ ਲੈ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਮਹਿਕਮੇ ਵਿੱਚ ਇਸ ਜੀ ਨੂੰ ਡਿਸਕਸ ਕਰਨ ਦਿਓ ਪਰ ਇਹ ਸਿੱਧਾ-ਸਿੱਧਾ ਬਿਆਨ ਦੇ ਦੇਣਾ ਕਿ ਆਏ ਨਹੀਂ ਤਾਂ ਭਾਈ ਫਿਰ ਆਏ ਹੋਊਗਾ ਜੀ ਮੈਂ ਸਤਿਕਾਰ ਕਰਦਾ ਹਾਂ ਮਾਨਯੋਗ ਸੁਪਰੀਮ ਕੋਰਟ ਦਾ ਪਰ ਕੀ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਜੇ ਕੋਈ ਹੜਤਾਲ ਤੇ ਜਾਂਦਾ ਤਾਂ ਸਦਾ ਹੀ ਐਂ ਕਹਦੇ ਹੋ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਪੁੱਛ ਰਿਹਾ ਕਿ ਇਦਾਂ ਹੀ ਕਿਹਾ ਪਰ ਮੇਰੇ ਖਿਆਲ ਨਾਲ ਇਦਾਂ ਨਹੀਂ ਕਿਹਾ ਇਹ ਆਖਰੀ ਤਰੀਕਾ ਹੋ ਸਕਦਾ ਜਦੋਂ ਤੁਸੀਂ ਮੀਟਿੰਗ ਵੀ ਲੈਣੇ ਹੋ ਜਦੋਂ ਤੁਸੀਂ ਇਸ ਮੁੱਦੇ ਨੂੰ ਉਲਝਾਉਣ ਦੀ ਜਦੋਂ ਤੁਸੀਂ ਇਸ ਮੁੱਦੇ ਨੂੰ ਉਲਝਾਉਣ ਦੀ ਬਜਾਏ ਸੁਝਾਉਣਾ ਚਾਹੁੰਦੇ ਹੋ ਜੀ ਜਦੋਂ ਤੁਸੀਂ ਹਰ ਰਾਹ ਇੱਕ અપਨਾ ਕੇ ਦੇਖ ਲਿਆ ਸਰਕਾਰੀ ਸਿਸਟਮ ਤੇ ਕੰਮ ਫਿਰ ਵੀ ਪ੍ਰਭਾਵਿਤ ਹੋਈ ਜਾਂਦਾ ਹੈ ਤਾਂ ਤੁਸੀਂ ਕਹਿ ਸਕਦੇ ਕਿ ਭਾਈ ਅਸੀਂ ਸਭ ਕੁਝ ਕਰਕੇ ਦੇਖ ਲਿਆ ਇਸ ਤੋਂ ਅੱਗੇ ਸਿਸਟਮ ਪ੍ਰਭਾਵਿਤ ਹੁੰਦਾ ਹੈ ਪਰ ਸ਼ੁਰੂ ਵਿੱਚ ਇਹ ਬਿਆਨ ਤੁਸੀਂ ਦੇਈ ਜਾਂਦੇ ਹੋ ਤਾਂ ਇਹ ਬਿਆਨ ਆਪਣੇ ਆਪ ਦੇ ਵਿੱਚ ਇਹ ਦੱਸਦੇ ਨੇ ਕਿ ਸਰਕਾਰ ਕਿਸ ਨੀਤੀ ਦੇ ਉੱਤੇ ਤੇ ਕਿਸ ਨiyet ਦੇ ਨਾਲ ਕੰਮ ਕਰਦੀ ਹੈ ਜੀ ਬਾਕੀ ਜੀ ਜੇਕਰ ਪੇ ਮਿਲਦੀ ਹੋਵੇ ਤਾਂ ਇਹ ਜਿਹੜੀ ਮੰਗ ਹੈ ਖਜ਼ਾਨੇ ਚੋਂ ਪੇ ਲੈਣ ਦੀ ਇਹ ਔਰਤ ਹੀ ਨਹੀਂ ਕਿਉਂਕਿ ਪੇ ਉਹਨਾਂ ਨੂੰ ਪਹਿਲਾਂ ਹੀ ਨਹੀਂ ਮਿਲਦਾ ਖਜ਼ਾਨੇ ਚੋਂ ਨਾ ਹੋਣ ਦੀ ਖਾਤਰ ਅੱਗੇ ਗੱਲ ਕਰਦੇ ਹਾਂ ਜੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਮਾਮਲਾ ਲੋਟ ਨਹੀਂ ਆਉਂਦਾ ਦੂਸਰਾ ਉਸ ਤੋਂ ਪਹਿਲਾਂ ਉੱਪਰ ਕੇ ਸਾਹਮਣੇ ਆ ਜਾਂਦਾ ਜੀ ਮੈਂ ਗੱਲ ਕਰ ਰਿਹਾ ਹਾਂ ਜੀ ਗੁਰੂ ਘਰ ਦੇ ਵਿੱਚ ਹੋਈ ਬੇਅਦਬੀ ਦੀ ਜੀ ਇਹ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਅਸਥਿਰਤਾ ਜੀ ਪੈਦਾ ਹੋ ਚੁੱਕੀ ਹੈ ਦੇਖੋ ਜੇਕਰ ਗੱਲ ਕਰੀਏ ਤਾਂ ਜਲੰਧਰ ਦੇ ਮਨਸੂਰਪੁਰੇ ਪਿੰਡ ਦੇ ਵਿੱਚ ਇਹ ਜੋ ਕੁਝ ਵਾਪਰਿਆ ਹੈ ਜੀ ਪ੍ਰਵਾਸੀ ਮਜ਼ਦੂਰ ਨੇ ਉਹ ਗੁਰੂ ਘਰ ਦੇ ਵਿੱਚ ਜਾਂਦੇ ਨੇ ਮਨਸੂਰਪੁਰੇ ਦੇ ਵਿੱਚ ਰਾਤ ਨੂੰ ਉੱਥੇ ਉਹ ਤਮਾਕੂ ਦਾ ਸੇਵਨ ਕਰਦੇ ਨੇ ਜੀ ਆਸਣ ਦੇ ਉੱਤੇ ਜਾ ਕੇ ਉਹ ਬੈਠ ਜਾਂਦੇ ਨੇ ਚੰਗੀ ਗੱਲ ਇਹ ਸੀ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਸੀ ਸੁਖ ਆਸਣ ਦੇ ਉੱਤੇ ਜੀ ਪਰ ਉਹ ਆਪਣੀ ਹਰ ਤਰੀਕੇ ਦੀ ਬਾਹ ਲਾਉਂਦੇ ਨੇ ਉਹ ਉੱਥੋਂ ਦਾ ਗੱਲਾਂ ਤੋੜਨਾ ਚਾਹੁੰਦੇ ਨੇ ਉਹ ਉੱਥੋਂ ਲੁੱਟ ਵੀ ਕਰਨਾ ਚਾਹੁੰਦੇ ਨੇ ਇਹਦਾ ਇਹਦਾ ਪਤਾ ਲੱਗਦਾ ਕਿਉਂਕਿ ਉਹਨਾਂ ਨੇ ਸਪੀਕਰਾਂ ਵਾਲੇ ਬਕਸੇਂ ਤਿੱਕਰ ਨਹੀਂ ਛੱਡੇ ਜੀ ਸਿਸਟਮ ਵੀ ਉਹਨਾਂ ਨੇ ਚੱਕਿਆ ਤੇ ਜਦੋਂ ਸਵੇਰ ਦਾ ਵਕਤ ਪਾਠੀ ਉੱਤੇ ਪਹੁੰਚਦੇ ਨੇ ਤਾਂ ਉਹ ਪਾਠੀ ਉੱਤੇ ਵੀ ਹਮਲਾ ਕਰਦੇ ਨੇ ਜੀ ਉਹਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹਦੀ ਲੱਤ ਟੁੱਟ ਜਾਂਦੀ ਹੈ ਤੇ ਉਸ ਨੂੰ ਪਿੰਡ ਵਾਲੇ ਗ੍ਰਿਫਤਾਰ ਕਰ ਲੈਂਦੇ ਨੇ ਤੇ ਇੱਕ ਭੱਜ ਜਾਂਦਾ ਜਿਹਨੂੰ ਰੇਲਵੇ ਸਟੇਸ਼ਨ ਤੋਂ ਉਤੋਂ ਪੁਲਿਸ ਜਾ ਕੇ ਗ੍ਰਿਫਤਾਰ ਕਰਦੀ ਹੈ ਜੀ ਇਹ ਘਟਨਾ ਪੰਜਾਬ ਦੇ ਵਿੱਚ ਵਾਪਰੀ ਇਹ ਪਹਿਲੀ ਘਟਨਾ ਨਹੀਂ ਚਾਹੇ ਸਿੱਖ ਧਰਮ ਵਿੱਚ ਹੋਵੇ ਚਾਹੇ ਹਿੰਦੂ ਧਰਮ ਵਿੱਚ ਹੋਵੇ ਤੇ ਚਾਹੇ ਫਿਰ ਇਹ ਮੁਸਲਮਾਨ ਧਰਮ ਦੇ ਵਿੱਚ ਹੋਵੇ ਜਿਹੜੀ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਕਰਾਨ ਸ਼ਰੀਫ ਦੇ ਵਰਕੇ ਪਾੜੇ ਸਾੜੇ ਗਏ ਸੀ ਉਹ ਹੋਵੇ ਜੀ ਮੈਂ ਧਰਮ ਦੇ ਮੁੱਦੇ ਤੇ ਨਹੀਂ ਜਾਂਦਾ ਮੈਂ ਇਸ ਤੋਂ ਅਗਲੀ ਗੱਲ ਨੂੰ ਵਿਚਾਰਨਾ ਚਾਹਣਾ ਇੱਥੇ ਖਬਰ ਸਾਰਿਆਂ ਨੇ ਸਾਂਝੀ ਕਰ ਲਈ ਹੋਣੀ ਹੈ ਕੀ ਹੈ ਪੁਲਿਸ ਕਹਿੰਦੀ ਹੈ ਕਿ ਜਿਸ ਨੂੰ ਪਿੰਡ ਨੇ ਗ੍ਰਿਫਤਾਰ ਕੀਤਾ ਉਹ ਸਾਨੂੰ ਦੇ ਦਿਓ ਜੀ ਪਿੰਡ ਕਹਿੰਦਾ ਪੁਲਿਸ ਨੂੰ ਕਿ ਜਿਹੜਾ ਤੁਸੀਂ ਗ੍ਰਿਫਤਾਰ ਕੀਤਾ ਉਹ ਸਾਨੂੰ ਦੇ ਦਿਓ ਹਰਾਨੀ ਦੀ ਗੱਲ ਇਹ ਹੈ ਕਿ ਅਸੀਂ ਪੁਲਿਸ ਤੇ ਵਿਸ਼ਵਾਸ ਕਿਉਂ ਕਰੀਏ ਜੀ ਇਹ ਪਿੰਡ ਕਹਿੰਦਾ ਅਸੀਂ ਪੁੱਛਗਿੱਛ ਆਪਣੇ ਪੱਧਰ ਤੇ ਕਰਨੀ ਹੈ ਕਿ ਇਸ ਤੋਂ ਅੱਗੇ ਵੀ ਪੁਲਿਸ ਕੁਝ ਲੋਕਾਂ ਤੋਂ ਸੁਣਨਾ ਚਾਹੁੰਦੀ ਹੈ ਜੀ ਮੇਰੇ ਖਿਆਲ ਦੇ ਨਾਲ ਜਿਸ ਪੁਲਿਸ ਨੂੰ ਅਫਸਰਾਂ ਨੂੰ ਲੋਕ ਸਤਿਕਾਰ ਵੀ ਦਿੰਦੇ ਸੀ ਡਰਦੇ ਵੀ ਸੀ ਛੇਵ ਵੀ ਮੰਨਦੇ ਸੀ ਹੁਣ ਉਸ ਪੁਲਿਸ ਨੂੰ ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਇਹਨਾਂ ਤੁੱਕੀ ਪੁੱਛੋਗੇ ਬਾਈਬਲ ਕਲਾਮ ਵਿੱਚ ਤੁਸੀਂ ਕੀ ਪੁੱਛ ਲਿਆ ਜੀ ਤੁਸੀਂ ਕੋਟਕਪੂਰੇ ਵਾਲੀ ਘਟਨਾ ਵਿੱਚ ਕੀ ਪੁੱਛ ਲਿਆ ਤੁਸੀਂ ਗਰਦਾਸਪੁਰ ਦੇ ਪਿੰਡ ਵਿੱਚ ਘਟਨਾ ਹੋਈ ਸੀ ਉੱਥੇ ਤੁਸੀਂ ਕੀ ਪੁੱਛ ਲਿਆ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਸੀ ਉੱਥੇ ਤੁਸੀਂ ਕੀ ਪੁੱਛ ਲਿਆ ਤੇ ਇੱਥੇ ਤੁਸੀਂ ਕੀ ਪੁੱਛ ਲੋਗੇ ਇਹ ਸਿੱਧਾ ਸਿੱਧਾ ਸਵਾਲ ਅਗਲੇ ਨੇ ਖੜਾ ਕੀਤਾ ਮੈਂ ਨਾ ਇਸ ਤਰੀਕੇ ਨਾਲ ਨਹੀਂ ਇਸ ਘਟਨਾ ਨੂੰ ਲਿਆ ਸੀ ਕਿ ਮਾੜਾ ਹੋਇਆ ਅਸੀਂ ਕਹਿੰਦੇ ਕਿ ਬਹੁਤ ਮਾੜਾ ਹੋਇਆ ਮੰਦਭਾਗੀ ਘਟਨਾ ਹੈ ਮੈਂ ਇਸ ਨੂੰ ਦੋ ਤਰੀਕਿਆਂ ਨਾਲ ਲਿਆ ਸੀ ਜੀ ਕਿ ਇੱਕ ਤਾਂ ਪ੍ਰਵਾਸੀ ਮਜ਼ਦੂਰ ਹੀ ਐ ਕਿਉਂ ਕਰਦੇ ਆ ਚਾਹੇ ਉਹ ਦਰਬਾਰ ਸਾਹਿਬ ਦੇ ਵਿੱਚ ਦੋ ਵਾਰੀ ਇਸ ਤਰੀਕੇ ਨਾਲ ਹੋਇਆ ਜੀ ਇੱਕ ਔਰਤ ਜਿਸ ਨੇ ਤਮਾਕੂ ਦਾ ਸੇਵਨ ਕੀਤਾ ਦਰਬਾਰ ਸਾਹਿਬ ਵਿੱਚ ਇੱਕ ਜਿਸ ਨੂੰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਅਸੀਂ ਕਰਸਾਨੀ ਮੋਰਚੇ ਦੇ ਉੱਤੇ ਇੱਕ ਗੱਲ ਕਰੀਏ ਜੀ ਜਿਸ ਦਾ ਸੋਧਾ ਲਾ ਦਿੱਤਾ ਗਿਆ ਸੀ ਇਹ ਪ੍ਰਵਾਸੀ ਮਜ਼ਦੂਰ ਕਿਉਂ ਕਰਦੇ ਨੇ ਇਹਦੇ ਪਿੱਛੇ ਕੌਣ ਕੰਮ ਕਰਦਾ ਹੈ ਸਵਾਲ ਇਹ ਹੈ ਤੇ ਇਹੀ ਸਵਾਲ ਐਸਜੀਪੀਜੀ ਨੇ ਪੁੱਛਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁੱਛਿਆ ਜਥੇਦਾਰ ਹਰਪੀ ਸਿੰਘ ਜੀ ਨੇ ਪੁੱਛਿਆ ਜੀ ਕਿ ਭਾਈ ਇਹ ਪਤਾ ਕਰੋ ਕਿ ਇਹ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਕਿਹੜੀ ਸਿਆਸਤ ਕੰਮ ਕਰਦੀ ਹੈ ਤੇ ਕਿਹੜੀ ਧਰਮ ਪਾੜ ਕੇ ਪੰਜਾਬ ਨੂੰ ਪਾੜ ਕੇ ਫੁੱਟ ਪਾ ਕੇ ਪੰਜਾਬ ਦੇ ਮਾੜੇ ਦੇ ਦਿਨ ਦੇਖਣ ਵਾਲੀ ਸੋਚ ਕੰਮ ਕਰਦੀ ਹੈ ਜੀ ਇੱਥੇ ਵੀ ਇਹੀ ਗੱਲ ਹੈ ਕਿ ਕਿਤਾ ਇਹ ਪਤਾ ਕਰਨ ਦੀ ਲੋੜ ਹੈ ਤੇ ਦੂਸਰਾ ਪੁਲਿਸ ਨੂੰ ਆਪਣਾ ਰਤਬਾ ਸਦਾਰਨ ਦੀ ਲੋੜ ਹੈ ਪੁਲਿਸ ਉਥੇ ਸਤਕਾਰ ਨਾਲ ਤਾਂ ਕਹਿ ਰਹੀ ਹੈ ਕਿ ਸਾਨੂੰ ਦਿਓ ਜਿੰਨਾ ਚਿਰ ਤੁਹਾਡੀ ਸੰਤੁਸ਼ਟੀ ਨਹੀਂ ਹੋਊਗੀ ਜਦੋਂ ਤੁਸੀਂ ਸੰਤੁਸ਼ਟੀ ਪਕਟਾਈ ਅਸੀਂ ਉਦੋਂ ਇਹਦੇ ਉੱਤੇ ਅਗਲੀ ਕਾਰਵਾਈ ਕਰਾਂਗੇ ਜਿੰਨਾ ਚਿਰ ਤੁਹਾਨੂੰ ਲੱਗਦਾ ਰਹੇ ਕਿ ਹਜੇ ਹੋਰ ਪੁੱਛਗਿੱਛ ਹੋਣੀ ਚਾਹੀਦੀ ਹੈ ਹਜੇ ਹੋਰ ਹੋਣੀ ਜੀ ਅਸੀਂ ਕਰਾਂਗੇ ਜੀ ਪਰ ਇਹ ਦਿਨ ਕਿਉਂ ਆ ਗਏ ਬਿਲਕੁਲ ਜੀ ਕਿ ਪੁਲਸ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਗੱਲ ਸੋਚਣ ਵਾਲੀ ਹੈ ਜੀ ਬਿਲਕੁਲ ਮੈਂ ਤਾਂ ਬਹੁਤ ਵਾਰ ਇਹ ਸੋਚਦਾ ਹੁੰਨਾ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਇਹੋ ਜਿਹਾ ਆਦਾਰਾ ਹੈ ਜਿਹੜਾ ਕਿਤੇ ਨਾ ਕਿਤੇ ਉੱਭਰ ਰਿਹਾ ਜਾਂ ਸਾਰੇ ਘਟਦੇ ਕਰਨ ਵੱਲ ਜਾ ਰਹੇ ਆ ਅੱਗੇ ਗੱਲ ਕਰਦੇ ਹਾਂ ਜੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਜੀ ਦੀ ਪਹਿਲਾਂ ਉਹਨਾਂ ਨੇ ਰੋਕ ਲਈ ਸੀ ਜੀ ਕੰਟੈਂਟ ਦੇ ਉੱਪਰ ਨਸ਼ਿਆਂ ਵਾਲਾ ਕੰਟੈਂਟ ਜਾਂ ਗਨ ਕਲਚਰ ਪ੍ਰਮੋਟ ਕਰਨ ਵਾਲਾ ਕੰਟੈਂਟ ਉਹਦੋਂ ਚਰਚਾ ਚ ਆਈ ਸੀ ਤੇ ਹੁਣ ਉਹ ਇਸਾਰ ਨੂੰ ਲੈ ਕੇ ਚਰਚਾ ਚ ਨਹੀਂ ਜੀ ਦੇਖੋ ਜੇਕਰ ਅਸੀਂ ਗੱਲ ਕਰੀਏ ਹਨ ਰਾਗ ਠਾਕਰ ਜੀ ਦੀ ਜਿਹੜੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਕੇਂਦਰ ਦੇ ਵਿੱਚ ਉਹ ਹਸਾਰ ਦੇ ਵਿੱਚ ਗਏ ਹਸਾਰ ਦੂਰਦਰਸ਼ਨ ਤੋਂ ਉਹਨੇ ਦੇਖਿਆ ਨਰੀਖਣ ਕੀਤਾ ਉਸ ਨਰੀਖਣ ਵਿੱਚ ਉਹਨੇ ਕੀ ਦੇਖਿਆ ਕਿ ਇੱਕ ਤਾਂ ਬਹੁਤ ਕੁਝ ਇਦਾਂ ਦਾ ਪਿਆ ਜਿਸ ਨੂੰ ਵੇਚ ਕੇ ਜਿਹੜਾ ਵਰਤੋਂ ਵਿੱਚ ਨਹੀਂ ਜਿਹਨੂੰ ਵੇਚ ਕੇ ਸਰਕਾਰ ਨੂੰ 4 ਰੁਪਏ ਆ ਸਕਦੇ ਦੂਸਰਾ ਉਹਨੇ ਦੇਖਿਆ ਕਿ ਉੱਥੇ ਗੰਦਗੀ ਬਹੁਤ ਹੈ ਦੂਰਦਰਸ਼ਨ ਹੋਵੇ ਜਿਸ ਨੂੰ ਸੀ ਸਪੈਸ਼ਲ ਬੱਚਿਆਂ ਨੂੰ ਉੱਪਰ ਦੇ ਨੌਜਵਾਨਾਂ ਨੂੰ ਵਿਖਾਉਣ ਜਾਣੇ ਆ ਕਿ ਆਓ ਤੁਹਾਨੂੰ ਦੂਰਦਰਸ਼ਨ ਖਾਈਏ ਕਿਵੇਂ ਚੱਲਦੇ ਹੁੰਦੇ ਨੇ ਇਹ ਦੂਰਦਰਸ਼ਨ ਦੇ ਪ੍ਰੋਗਰਾਮ ਤੇ ਉੱਥੇ ਗੰਦਗੀ ਹੋਵੇ ਉਹ ਕਹਿੰਦੇ ਕਿ ਇੱਕ ਤਾਂ ਇਸ ਨੂੰ ਸਹੀ ਕੀਤਾ ਜਾਵੇ ਜੀ ਦੂਸਰਾ ਉਹ ਕਹਿੰਦੇ ਵੀ ਇੱਕ ਸਾਲ ਵਿੱਚ ਤੁਸੀਂ ਕੀ ਕੁਝ ਪ੍ਰਸਾਰਤ ਕੀਤਾ ਹੈ ਉਹਦਾ ਰਿਕਾਰਡ ਪੇਸ਼ ਕਰੋ ਜੀ ਉਹ ਕਹਿੰਦੇ ਵੀ ਇਹਦਾ ਪੱਧਰ ਆ ਜਿਹੜਾ ਉਹ ਥੱਲੇ ਜਾ ਰਿਹਾ ਹੈ ਇਸ ਨੂੰ ਚੱਕਣ ਦੀ ਜ਼ਰੂਰਤ ਹੈ ਇਹ ਤਾਂ ਹੈਗਾ ਇੱਕ ਸਰਕਾਰੀ ਪੱਖ ਜੀ ਅਨੁਰਾਗ ਠਾਕਰ ਜੀ ਦਾ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਉਹ ਨਿਭਾਈ ਚੰਗੀ ਗੱਲ ਹੈ ਅਸੀਂ ਧੰਨਵਾਦ ਕਰਦੇ ਆ ਕਿ ਉਹ ਹਿਸਾਬ ਦੇ ਵਿੱਚ ਉਹ ਹਿਸਾਰ ਦੇ ਵਿੱਚ ਗਏ ਤੇ ਦੂਰਦਰਸ਼ਨ ਦਾ ਉਹਨਾਂ ਨੇ ਨਰੀਖਣ ਕੀਤਾ ਪਰ ਗੱਲ ਇਸ ਤੋਂ ਅਗਲੀ ਹੈ ਕਿ ਦੂਰਦਰਸ਼ਨ ਹੋ ਗਿਆ ਜੀ ਜਾਂ ਫਿਰ ਅਸੀਂ ਗੱਲ ਕਰੀਏ ਕਿ ਸਮੁੱਚੇ ਰੂਪ ਵਿੱਚ ਰੇਡੀਓ ਹੋ ਗਿਆ ਤੇ ਸਰਕਾਰੀ ਟੀਵੀ ਚੈਨਲ ਹੋ ਗਿਆ ਜੀ ਇਹਨਾਂ ਦੀ ਦੁਰਦਸ਼ਾ ਕੀਤੀ ਕੀ ਨਹੀਂ ਜੀ ਗੋਦੀ মিডিਆ ਜਦੋਂ ਆਉਂਦਾ ਜਦੋਂ মিডিਆ ਦਾ ਪ੍ਰਾਈਵੇਟ ਕਰਨ ਹੁੰਦਾ ਜੀ ਜਦੋਂ ਤੁਸੀਂ ਖੁੱਲ੍ਹ ਦੇ ਕੇ ਪ੍ਰਾਈਵੇਟ ਕਰਨ ਕਰਦੇ ਫਿਰ ਤੁਸੀਂ ਜਾ ਕੇ ਕਹਿੰਦੇ ਹੋ ਕਿ ਦੂਰਦਰਸ਼ਨ ਵਿੱਚ ਗੰਦ ਬਹੁਤ ਹੈ ਤੁਸੀਂ ਇੱਕ دھਾਕੇ ਬਾਅਦ ਢੀੜਾ ਮਾਰ ਕੇ ਕਹਿੰਦੇ ਹੋ ਕਿ ਸਾਨੂੰ ਦਿਓ ਜੀ ਰਿਕਾਰਡ ਜੀ ਕਿ ਕੀ ਕੀ ਕੋਈ ਤੁਸੀਂ ਪ੍ਰਸਾਰਤ ਕੀਤਾ ਹੈ ਸਵਾਲ ਤਾਂ ਇਹ ਵੀ ਹੈ ਫਿਰ ਤੁਸੀਂ ਕਦੇ ਦੂਰਦਰਸ਼ਨ ਸੁਣਿਆ ਹੀ ਨਹੀਂ ਵੀ ਕੀ ਕੀ ਕੁਝ ਪ੍ਰਸਾਰਤ ਹੋਈ ਜਾਂਦਾ ਜੀ ਤੁਸੀਂ ਫਿਰ ਕੀ ਸੁਣਦੇ ਰਹੇ ਜਿੱਥੇ ਹਰ ਹਰ ਮੋਦੀ ਕਰ ਕਰ ਮੋਦੀ ਇਹ ਸੁਣਦੇ ਰਹੇ ਚਲੋ ਕਰਮਾ ਸਵਾਲ ਨਹੀਂ ਖੜੇ ਕਰਦਾ ਮੈਨੂੰ ਤਾਂ ਕਦੇ-ਕਦੇ ਸ਼ੱਕ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਜੀ ਕਿ ਹੁਣ ਤੁਹਾਨੂੰ ਜਾ ਖੁੱਲੀ ਹੈ ਜਾਂ ਫਿਰ ਤੁਸੀਂ ਡਿਊਟੀ ਵਿਜਾਉਗੇ ਗੁਰਸੇਵ ਜੀ ਬਹੁਤ ਕੰਟਰੀਆਂ ਇਦਾਂ ਦੀਆਂ ਨੇ ਜਿੱਥੇ ਉਹਨਾਂ ਦਾ ਸਰਕਾਰੀ ਮੀਡੀਆ ਸਭ ਤੋਂ ਉੱਤੇ ਹੈ ਜੀ ਉਹ ਸਟਰੋਂਗ ਤਰੀਕੇ ਦੇ ਨਾਲ ਆਪਣਾ ਪੱਖ ਰੱਖਦਾ ਹੈ ਗਵਰਨਮੈਂਟ ਦਾ ਵੀ ਲੋਕਾਂ ਦਾ ਵੀ ਬਿਨਾਂ ਕਿਸੇ ਵਿਤਕਰੇ ਇਥੇ ਸਰਕਾਰੀ ਮੀਡੀਆ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਗਲ ਮੁਕਾਓ ਜਿਹਦੇ ਮੂਹਰੇ ਸਰਕਾਰੀ ਲੱਗ ਗਿਆ ਉਸ ਦੀ ਦੁਰਦਸ਼ਾ ਉੱਤੇ ਸਵਾਲ ਖੜੇ ਹੋਣਗੇ ਹੋਣਗੇ ਜੀ ਕੱਲ ਹੀ ਅਸੀਂ ਗੱਲ ਕੀਤੀ ਬੱਚਾ ਚੱਕਰਨ ਵਾਲੀ ਕੱਲ ਹੀ ਅਸੀਂ ਗੱਲ ਕੀਤੀ ਦਰਵਾਜ਼ਾ ਟੁੱਟਿਆ ਤੇ ਆਪਰੇਸ਼ਨ ਥੀਟਰ ਚੱਲਦਾ ਇਦਾਂ ਦੀ ਕਿ ਪਹਿਲੀ ਘਟਨਾ ਥੋੜਾ ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਵਿੱਚ ਵੀ ਜਿੰਨੇ ਇਹ ਦੂਦਸ਼ਾ ਸੈਂਟਰ ਹੈਗੇ ਆ ਚੱਕਰ ਮਾਰ ਕੇ ਵੇਖੋ ਕਿ ਅਮਲਾਪੂਰਾ ਜੀ ਕੀ ਪ੍ਰੋਗਰਾਮ ਸਹੀ ਚੱਲ ਰਹੇ ਨੇ ਕੀ ਦੂਰਦਰਸ਼ਨ ਨੂੰ ਤੁਸੀਂ ਉਸ ਤਰੀਕੇ ਨਾਲ ਅਪਡੇਟ ਕੀਤਾ ਜਿਸ ਤਰੀਕੇ ਦੇ ਨਾਲ ਪ੍ਰਾਈਵੇਟ মিডিਆ ਨੇ ਆਪਣੇ ਆਪ ਨੂੰ ਕੀਤਾ ਇਹਦੇ ਵਿੱਚ ਪ੍ਰਾਈਵੇਟ মিডিਆ ਦਾ ਕਸੂਰ ਨਹੀਂ ਮੈਂ ਉਹਨਾਂ ਦੀ ਚੰਗਿਆਈ ਕਹਿਣਾ ਕਿ ਤੁਸੀਂ ਉਹਨੂੰ ਫੋਲੋ ਕਰੋ ਉਹਨਾਂ ਤੋਂ ਪਤਾ ਕਰੋ ਕਿ ਕਿਸ ਤਰੀਕੇ ਦੇ ਨਾਲ ਸਮੇਂ ਦੇ ਨਾਲ ਤੁਰੀਦਾ ਹੈ ਹਾਲਾਂਕਿ ਚੰਗਾ ਤਾਂ ਹੁੰਦਾ ਜੇਕਰ ਉਹ ਤੁਹਾਨੂੰ ਫੋਲੋ ਕਰਦੇ ਪਰ ਜੋ ਕਿ ਅੱਗੇ ਨਿਕਲ ਗਏ ਉਹ ਕਾਬਲੀਅਤ ਦੇ ਸਿਰ ਤੇ ਨਿਕਲ ਗਏ ਉਹਨਾਂ ਨੂੰ ਫੋਲੋ ਕਰ ਲਓ ਦੇ ਨਾਲ ਦੀ ਨਾਲ ਮੈਂ ਤਾਂ ਇਸ ਜੀ ਬੀ ਜੀ ਨੂੰ ਵੀ ਹੱਥ ਜੋੜ ਕੇ ਕਹੂੰਗਾ ਕਿ ਤੁਸੀਂ ਇੱਕ ਚੈਨਲ ਚਲਾਉਣ ਦੀ ਗੱਲ ਕਹੀ ਸੀ ਜੀ ਪੁੱਛ ਦੱਸ ਲੋ ਕਿਸੇ ਤੋਂ ਚਲਾਉਣ ਦਾ ਵਕਤ ਹੈ ਤੇ ਚਲਾ ਦਿੱਤਾ ਜਾਵੇ ਕਿਉਂਕਿ ਜੇਕਰ ਨਹੀਂ ਚੱਲੂਗਾ ਜਿੱਦਾਂ ਦੀਆਂ ਘਟਨਾਵਾਂ ਅਸੀਂ ਦੇਖ ਰਹੇ ਹਾਂ ਇਹ ਜਾਗਰੂਤੀ ਦੀ ਘਾਟ ਕਰਕੇ ਹੀ ਹੈ ਇਹ ਸਾਡੇ ਪ੍ਰਸਾਰ ਤੇ ਪ੍ਰਚਾਰ ਦੀ ਘਾਟ ਕਰਕੇ ਹੀ ਹੈ ਜੀ ਇਸ ਨੂੰ ਪੂਰਾ ਕਰਨਾ ਬੜਾ ਜ਼ਰੂਰੀ ਹੈ ਅਨੁਰਾਗ ਠਾਕਰ ਜੀ ਹਸਾਰ ਦੇ ਵਿੱਚ ਗਏ ਉਹਨਾਂ ਨੇ ਨਰੀਖਣ ਕੀਤਾ ਇਹ ਚੰਗੀ ਗੱਲ ਹੈ ਪਰ ਇਹ ਕਾਫੀ ਨਹੀਂ ਹਲੇ ਬਹੁਤ ਕੰਮ ਕਰਨ ਦੀ ਜਰੂਰਤ ਹੈ ਜੀ ਬਿਲਕੁਲ ਸੋਚਣ ਵਾਲੀ ਗੱਲ ਹੁੰਦੀ ਹੈ ਜੀ ਸਰਕਾਰੀ ਅਦਾਰਿਆਂ ਕੋਲੇ ਪੈਸਾ ਵੀ ਬਹੁਤ ਹੁੰਦਾ ਜੀ ਇਕੁਪਮੈਂਟ ਵੀ ਬਹੁਤ ਸਾਰਾ ਹੁੰਦਾ ਹੈ ਔਰ ਲੋਕ ਵੀ ਉਹ ਰੱਖੇ ਜਾਂਦੇ ਨੇ ਜਿਹੜੇ ਕੁਆਲੀਫਾਈਡ ਨਹੀਂ ਜੀ ਵੈਲ ਕੁਆਲੀਫਾਈਡ ਨਹੀਂ ਪਰ ਪ੍ਰਾਈਵੇਟ ਅਦਾਰੇ ਫਿਰ ਵੀ ਕਿਵੇਂ ਅੱਗੇ ਨਿਕਲ ਜਾਂਦੇ ਨੇ ਇਹ ਤੇ ਵਿਚਾਰ ਕਰਨੀ ਜਰੂਰਤ ਆਂਦੀ ਹੈ ਖੈਰ ਸਮਾਂ ਹੋ ਗਿਆ ਜੀ ਜਾਚ ਲੈਣ ਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਤਾਂ ਤੁਸੀਂ ਦੇਖ ਰਹੇ ਸੀ ਜੀ ਬਰਾਸਰ ਟੀਵੀ ਉੱਪਰ ਸਾਡਾ ਖਾਸ ਪ੍ਰੋਗਰਾਮ ਦ੍ਰਿਸ਼ਟੀਕੋਣ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਆਪਣੇ ਫੀਡਬੈਕਸ ਆਪਣੇ ਵਿਚਾਰ ਤੁਸੀਂ ਈਮੇਲਸ ਜਾਂ ਫੋਨ ਕਾਲਸ ਦੇ ਰਾਹੀਂ ਸਾਂਝੇ ਕਰ ਸਕਦੇ ਹੋ ਕੱਲ ਫਿਰ ਹਾਜ਼ਰ ਹੋਵਾਂਗੇ ਜੀ ਕਿਸੇ ਮੁੱਦੇ ਮਸਲੇ ਜਾਂ ਖਬਰਾਂ ਦੇ ਨਾਲ ਉਦੋਂ ਤੱਕ ਲਈ ਮੈਨੂੰ ਗ੍ਰੇਸੇਪਨ ਦਿਓ ਆ ਗਿਆ ਧੰਨਵਾਦ